ਬੀਤੇ ਦਿਨੋਂ ਮੰਦਿਰ ਸ਼੍ਰੀ ਸਿੱਧ ਬਾਬਾ ਬਾਲਕ ਨਾਥ ਦਿਲਬਾਗ ਨਗਰ ਬਸਤੀ ਗੁਜਾਂ ਜਲੰਧਰ ਸੇ 30ਵੀਂ ਵਾਰਸ਼ਿਕ ਫਲਦਾਇਨੀ ਯਾਤਰਾ ਦਿਨਾਂਕ 5 ਜੂਨ ਸੇ 10 ਜੂਨ ਤੱਕ ਬੜੀ ਹੀ ਸ਼ਰਧਾ ਸੇ ਨਿਕਾਲੀ ਗਈ। ਇਸ ਯਾਤਰਾ ਮੇਂ ਸੰਗਤੋਂ ਕਾ ਉਤਸ਼ਾਹ ਦੇਖਤੇ ਹੀ ਬਨਤਾ ਥਾ। ਦੂਰ ਦੂਰ ਸੇ ਲੋਕ ਇਸ ਯਾਤਰਾ ਮੇਂ ਪਹੁੰਚੇ, ਜਿਨ੍ਹਾਂ ਨੇ ਬਾਬਾ ਜੀ ਕਾ ਆਸ਼ੀਰਵਾਦ ਪ੍ਰਾਪਤ ਕੀਆ। ਇਹ ਯਾਤਰਾ ਸ਼੍ਰੀ ਸਿੱਧ ਬਾਬਾ ਬਾਲਕ ਨਾਥ ਮੰਦਿਰ, ਸ਼੍ਰੀ ਦੇਵੀ ਤਲਾ ਮੰਦਿਰ, ਪੀਰ ਨਿਗਾਹ, ਸ਼ਾਤਲਾਈ ਨਗਰੀ, ਸ਼ਿਵਵਾੜੀ, ਸ਼੍ਰੀ ਦਿਓਟ ਸਿੱਧ ਗੁਫਾ ਮੰਦਿਰ, ਸ਼੍ਰੀ ਮਾਂ ਕਲੇਸ਼ਵਰ ਮਹਾਦੇਵ, ਗੁੱਗਾ ਜਾਂ ਵੀ ਮੰਦਿਰ, ਮਾਂ ਜਵਾਲਾ ਜੀ ਮੰਦਿਰ, ਮਾਂ ਕਾਂਗੜਾ ਜੀ ਮੰਦਿਰ, ਮਾਂ ਚਮੁੰਡਾ ਦੇਵੀ ਜੀ ਮੰਦਿਰ, ਸ਼੍ਰੀ ਅੰਜਰ ਮਹਾਦੇਵ, ਸ਼੍ਰੀ ਰਾਮ ਮੰਦਿਰ ਤਪੋਵਨ ਮੰਦਿਰ, ਮਾਂ ਬਗਲਾਮੁਖੀ ਜੀ ਮੰਦਿਰ, ਮਾਂ ਚਿੰਤਪੁਰਨੀ ਜੀ, ਬਾਬਾ ਲਾਲ ਦਿਆਲ ਜੀ ਸੇ ਹੋਤੀ ਹੋਈ ਮੰਦਿਰ ਸ਼੍ਰੀ ਸਿੱਧ ਬਾਬਾ ਬਾਲਕ ਨਾਥ ਦਿਲਬਾਗ ਨਗਰ ਬਸਤੀ ਗੁਜਾ ਜਲੰਧਰ ਮੇਂ ਪਹੁੰਚੇ। ਇਸ ਯਾਤਰਾ ਮੇਂ ਜਗ੍ਹਾ ਜਗ੍ਹਾ ਅਲੱਗ ਅਲੱਗ ਪ੍ਰਕਾਰ ਕੇ ਬਾਬਾ ਜੀ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਯਾਤਰਾ ਮੇਂ ਸੰਗਤੇ ਬਾਬਾ ਜੀ ਕੇ ਰੰਗ ਮੇਂ ਰੰਗ ਗਈ, ਜਿਸ ਕਾ ਨਜ਼ਾਰਾ ਦੇਖਤੇ ਹੀ ਬਣਤਾ ਥਾ। ਆਈ ਨਜ਼ਰ ਡਾਲਤੇ ਹੈ 30ਵੀਂ ਵਾਰਸ਼ਿਕ ਫਲਦਾਇਨੀ ਯਾਤਰਾ ਕੀ ਕੁਝ ਝਲਕੀਆਂ ਪਰ। ਕਾ ਮੋਰ ਪ੍ਰਾਤਾ ਕਾਲ ਸਬਕੀ ਰੱਖਿਆ ਕਰੇ, ਆਪਕਾ ਦੁਨਾ ਤੋਂ ਬੈਰ ਕੋ ਸਬਕੀ ਰੱਖਿਆ ਕਰੇ, ਆਪਕੀ ਸਿੰਘ ਦੀ ਸ਼ਾਮ ਕੋ ਸਬਕੀ ਰੱਖਿਆ ਕਰੇ, ਆਪਕੀ ਜੜਾ ਔਲਾਦ ਕੋ ਸਬਕੀ ਰੱਖਿਆ ਕਰੇ, ਆਪਕੀ ਬਹੁਤੀ ਆਦੀ ਰਾਤ ਕੋ ਸਬਕੀ ਰੱਖਿਆ ਕਰੇ, ਆਪਕੇ ਰੋਜ਼ ਦਾ ਪ੍ਰਸਾਦ ਹੋਤੇ ਦਾਤਨੀ ਪਾਗਣੀ ਭੋਤਨੇ ਬ੍ਰਹਮਣਾ ਚਾਇਆ, ਅਨਿਸ਼ਟ ਹੈ ਕਿ ਜੰਗ ਮਾਲੇ ਔਰ ਸਤੋ ਸਸਕੇ ਵਿਦੋ ਦਾ ਨਾਸ਼ ਕਰੇ, ਨਾਸ਼ ਕਰੇ, ਨਾਸ਼ ਕਰੇ, ਨਾਸ਼ ਕਰੇ, ਆਹ
ਰਹੇ ਨੇ ਸਾਡੇ ਮਨੀਸ਼ ਠਾਕੁਰ ਜੀ, ਸ਼ੈਲੀ ਮੋਗਲਾ ਜੀ, ਅੱਜੂ ਜੀ, ਅੰਮ੍ਰਿਤਪਾਲ ਜੀ, ਜਿੰਨੇ ਵੀ ਮੰਦਰ ਦੇ ਸੇਵਾਦਾਰ ਨੇ ਹਾਜ਼ਰੀਆਂ ਲਗਾ ਰਹੇ ਨੇ, ਔਰ ਬਾਬਾ ਜੀ ਦੀ ਕਿਰਪਾ ਸਦਕੇ ਪਹਿਲਾਂ ਦੇਵੀ ਤਲਾਬ ਮੰਦਰ ਦੇ ਵਿੱਚ ਮੱਥਾ ਟੇਕਿਆ ਜਾਏਗਾ, ਉਸ ਤੋਂ ਬਾਅਦ ਲੰਗਰ ਭੰਡਾਰੇ ਪਠਾਨਕੋਟ ਬਾਈਪਾਸ, ਸਾਡੇ ਹੈਪੀ ਭਾਅ ਜੀ ਉਹਨਾਂ ਦੇ ਸਾਰੀ ਸੰਗਤ ਦਾ ਲੰਗਰ ਭੰਡਾਰਾ ਆਪਣੇ ਘਰ ਦੇ ਵਿੱਚ ਰੱਖਿਆ, ਔਰ ਲੰਗਰ ਖਾ ਕੇ ਪੀਰਾਂ ਦੀਆਂ ਹਾਜ਼ਰੀਆਂ ਲਗਾਵਾਂਗੇ, ਪੀਰ ਲਗਾਏ ਮੱਥਾ ਟੇਕ ਕੇ, ਔਰ ਬਸਤਰ ਦੇ ਵਿੱਚ ਅੱਜ ਬਾਬਾ ਜੀ ਦਾ ਧੁਨਾ ਲਾਵਾਂਗੇ, ਔਰ ਕੱਲ੍ਹ 6 ਤਰੀਕ ਨੂੰ ਵਿਸ਼ਾਲ ਚੌਂਕੀ ਸ਼ਾਹ ਤਲਾਈ ਸਾਡੇ ਸਤਿਗੁਰੂ ਮਹਾਰਾਜ ਸੰਜੀਵ ਭਗਤ ਜੀ ਮਹਾਰਾਜ ਉਹਨਾਂ ਦੀ ਸਨਾਨ ਦੇ ਵਿੱਚ ਚੌਂਕੀ ਲੱਗੇਗੀ, ਜਿਸ ਦੇ ਵਿੱਚ ਸਾਡੇ ਮੰਦਰ ਦੇ ਸਾਰੇ ਸੇਵਾਦਾਰ ਹਾਜ਼ਰੀ ਲਾਣਗੇ, ਔਰ ਗੁਰਜੀਤ ਗੌਤਮ ਜੀ, ਸੋਨੂ ਸੈਣੀ ਜੀ, ਔਰ ਸਾਡੇ ਮੰਦਰਾਂ ਧਮਾਨ ਜੀ, ਸਾਡੇ ਬਾਊ ਜੀ, ਸਾਰੇ ਜਣੇ ਆਪਾਂ ਹਾਜ਼ਰੀਆਂ ਲਾ ਕੇ ਬਾਬਾ ਜੀ ਨੂੰ ਮਨਾਵਾਂਗੇ, ਬਾਬਾ ਜੀ ਦਾ ਸ਼ੁਕਰਾਨਾ ਕਰਾਂਗੇ, ਸੰਨ 2024 ਦਾ ਮੱਥਾ ਟੇਕਾਂਗੇ, ਔਰ ਬਾਬਾ ਜੀ ਇਸੇ ਤਰ੍ਹਾਂ ਸਾਰੇ ਹੀ ਬਾਬਾ ਜੀ ਦੇ ਭਗਤਾਂ ਦੇ ਉੱਤੇ ਆਪਣਾ ਹੱਕ ਬਣਾਈ ਰੱਖਣ, ਹੱਕ ਬਣਾ ਕੇ ਬਾਬਾ ਜੀ ਕਿਰਪਾ ਬਣਾਈ ਰੱਖਣ, ਕਿਉਂਕਿ ਇਹ ਦਿਲਬਾਗ ਨਗਰ ਮੰਦਰ ਦਾ ਸੰਘ ਪੋਣਾ ਹਰੀ ਸ਼ਹਿਨਸ਼ਾਹ ਦਾ ਸੰਘ ਅੱਜ ਮੱਥਾ ਟੇਕਣ ਵਾਸਤੇ ਜਾ ਰਿਹਾ, 101 ਗੱਡੀ ਪੂਰੇ ਪੰਜਾਬ ਦੇ ਵਿੱਚੋਂ ਸੰਗਤਾਂ ਬਾਬਾ ਜੀ ਦੇ ਦਰਬਾਰ ਦੇ ਉੱਤੇ ਮੱਥਾ ਟੇਕਣ ਵਾਸਤੇ ਪਹੁੰਚਦੀਆਂ ਨੇ, ਤੁਸੀਂ ਸਾਰੇ ਜਣੇ ਨਜ਼ਾਰਾ ਦੇਖੋ, ਔਰ ਤੁਹਾਨੂੰ ਸਭ ਨੂੰ ਬਹੁਤ ਬਹੁਤ ਵਧਾਈਆਂ, ਜਲੰਧਰ ਵਾਲੇ ਸਾਰੇ ਜਣੇ ਮੱਥਾ ਟੇਕਣ ਵਾਸਤੇ ਬਾਬੇ ਦੇ ਦਰਬਾਰ 'ਤੇ ਜਾ ਰਹੇ। ਬਾਬਾ
ਬਚੀ ਹੋਈ ਜ਼ਿੰਦਗੀ ਨੂੰ ਤੇਰੇ ਲਈ ਖਿਲਾਉਣਾ ਏ, ਹਾਲ ਤੈਨੂੰ ਆਪਣੇ ਮੈਂ ਦਿਲ ਦਾ ਸੁਣਾਉਣਾ ਏ, ਹਾਲ ਤੈਨੂੰ ਆਪਣੇ ਮੈਂ ਦਿਲ ਦਾ ਸੁਣਾਉਣਾ ਏ। ਬਚੀ ਹੋਈ ਜ਼ਿੰਦਗੀ ਨੂੰ ਤੇਰੇ ਲਈ ਖਿਲਾਉਣਾ ਏ, ਹਾਲ ਤੈਨੂੰ ਆਪਣੇ ਮੈਂ ਦਿਲ ਦਾ ਸੁਣਾਉਣਾ ਏ, ਹਾਲ ਤੈਨੂੰ ਆਪਣੇ ਮੈਂ ਦਿਲ ਦਾ ਸੁਣਾਉਣਾ ਏ। ਸ਼ਰਮਾ ਸਾਹਿਬ ਹਾਂਜੀ।
ਜਾਣੀ ਤੋਂ ਕੀ ਲੱਗੇ ਰੂਪ ਰੱਬ ਦਾ ਲਾ ਕੇ ਧਿਆਨ ਬੈਠਾ ਸ਼ਿਵਾ ਨੂੰ ਹੈ ਲੱਭਦਾ ਉਮਰ ਨਿਆਣੀ ਜੋਗੀ ਲੱਗੇ ਰੂਪ ਰੱਬ ਦਾ ਲਾ ਕੇ ਧਿਆਨ ਬੈਠਾ ਸ਼ਿਵਾ ਨੂੰ ਹੈ ਲੱਭਦਾ ਕਹਿੰਦਾ ਉੱਠਣਾ ਮੈਂ ਦਰਸ਼ਨ ਪਾਤ ਗਊਆ ਕਿਤੇ ਕੋਲ ਛੱਡੀ ਸੋਚੀ ਜਾਏਗਾ
ਆਪਣੀ ਕਾਗਜ਼ ਦੀ ਪੈੜੀ ਵਿੱਚ ਸਮੁੰਦਰ ਪਾ ਛੱਡੀ
ਵਿੱਚ ਬਾਬਾ ਜੀ ਨੇ ਫਿਰ ਮਾੜਾ ਰੰਗ ਨਾਮ ਦਾ ਚੜ੍ਹਾ ਲਿਆ ਜੰਗਲ ਚ ਬਾਬਾ ਜੀ ਨੇ ਫਿਰ ਮਾੜਾ ਰੰਗ ਨਾਮ ਦਾ ਚੜ੍ਹਾ ਲਿਆ ਲਾਈਆਂ ਲੱਕੜਾਂ ਵੀ ਪੂਣੇ ਚ ਸਜਾ ਕੇ ਗਊਆਂ ਕੀ ਦੇ ਕੋਲ ਛੱਡੀਆਂ ਹਰੀ ਬਾਬਾ ਜੀ ਦਾ ਸਾਚੇ ਦਰਬਾਰ ਕੀ ਜੈ ਤੂੰ ਪਾਲਣ ਹਾਰੀ ਲੋਕ ਦੇ ਗੋਬੀਆਂ
ਤੂੰ ਦਾਤਾਰੀ ਜੈ ਬਾਬੇ ਦੀ ਜਿੰਨੀਆਂ ਵਾੜਾ ਜੈ ਬਾਬੇ ਦੀ ਸਹਾਰਾ ਕੋਈ ਹੋਰ ਜੀ ਤੇਰੇ ਵਾਜੋ ਦਿਖੇ ਨਾ ਸਹਾਰਾ ਕੋਈ ਹੋਰ ਜੀ ਉਹਨੇ ਵਾਲੇ ਪਾਲੀ ਦੀ ਤੇਰੇ ਹੱਥ ਡੋਰ ਜੀ ਤੇਰੇ ਵਾਜੋ ਦਿਖੇ ਨਾ ਸਹਾਰਾ ਕੋਈ ਹੋਰ ਜੀ ਤੇਰੇ ਵਾਜੋ ਦਿਖੇ ਨਾ ਸਹਾਰਾ ਕੋਈ ਹੋਰ ਜੀ ਦੱਸੋ ਫੇਰ ਕਾ ਤੂੰ ਅੱਖੀਆਂ ਨ ਫੇਰੀਆਂ ਦਰਸ਼ ਦਿਖਾਓ ਬਾਬਾ ਜੀ ਆਓ ਬਾਬਾ ਜੀ 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 ਦਰਸ਼ ਦਿਖਾਓ
ਬਾਪ ਦੀ ਸੇਵਾ ਸਭ ਤੋਂ ਮਹਾਨ ਜੀ। ਉਹ ਮੱਲਿਆ
ਜੀ ਜਾਨ ਦੀ ਮਾਪੇ ਚੁੱਕ ਚੁੱਕ ਜੀਣ ਜੋਗੀ ਮੇਰੇ ਈ ਚੰਗੇ ਮੇਰੇ ਲੇਖ ਲਿਖਿਓ ਮਾਪੇ ਚੁੱਕ ਚੁੱਕ ਜੀਣ ਜੋਗੀ ਮੇਰੇ ਜੀ ਚੰਗੇ ਮੇਰੇ ਲੇਖ ਲਿਖਿਓ ਕਰਾਂ ਬੰਦਗੀ ਮੈਂ ਸ਼ਾਮ ਸਵੇਰੇ ਜੀ ਚੰਗੇ ਮੇਰੇ ਲੇਖ ਲਿਖ ਤਕਦੀਰ ਚ ਲਾ ਦੇਵਾਂ ਲੇਖੇ ਜਿੰਨੇ ਸਾਨ ਸਰੀਰ ਚ ਸੇਵਾ ਕਰਮ ਗੁਰੂਆਂ ਦੇ ਡੇਰੇ ਜੀ ਚੰਗੇ ਮੇਰੇ ਲੇਖ ਲਿਖਿਓ ਸੇਵਾ ਕਰਮ ਜੀ ਚੰਗੇ ਮੇਰੇ ਲੇਖ ਲਿਖਿਓ ਬਾਬਾ ਜੀ ਕਲਮਾਂ ਦਾ ਵਾਤ ਹੱਕ ਤੇਰੇ ਜੀ ਚੰਗੇ ਮੇਰੇ ਲੇਖ ਲਿਖਿਓ
ਬੰਦਾ ਬੋਲ ਬੋਲਦਾ ਨਾ ਕਿਸੇ ਮੈਂ ਕਦੀ ਨਾ ਬੋਲਿਆ ਪਤਾ ਕਿਉਂ ਜਿੱਦਣ ਮੈਂ ਮਰ ਕੇ ਬਾਬੇ ਕੋਲ ਜਾਣਾ ਹੈ ਨਾ ਬਾਬੇ ਨੇ ਕਹਿਣਾ ਤੂੰ ਕਿਉਂ ਬੰਦਾ ਬੋਲਦਾ ਸੀ ਲੋਕਾਂ ਨੂੰ ਅਤੇ ਮੈਂ ਕਹਿਣਾ ਬਾਬਾ ਤੂੰ ਮੈਨੂੰ ਦੱਸਣ ਹੀ ਨਹੀਂ ਆਇਆ ਕਿ ਬੰਦਾ ਨਹੀਂ ਬੋਲਣਾ ਚਾਹੀਦਾ ਅਤੇ ਬਾਬੇ ਨੇ ਕਹਿਣਾ ਤੂੰ ਸ਼ੀਸ਼ੇ ਵਿੱਚ ਆਪਣਾ ਮੂੰਹ ਵੇਖਦਾ ਸ਼ੀਸ਼ੇ 'ਚ ਆ ਰਿਹਾ ਅੱਛਾ ਲੱਗ ਰਿਹਾ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਇੱਕ ਵਾਰੀ ਹੱਥ ਵਿੱਚ ਸਿੱਧੇ ਆਓ ਕਹੀ ਸਾਰੇ ਜਣੇ ਕਹੀ ਜੀ ਮੇਰਾ ਕਾਤੂ ਕਰੇ ਮਾਤਾ ਨੂੰ ਦਾ ਪਿੱਛੇ ਨਾ ਉਪਾਰ
ਲਿਖ ਲਿਖੇ ਚੰਗੇ ਮੇਰੇ ਲੇਖ ਲਿਖੇ Thank you.
ਗਵਾਂ ਕੀ ਦੇ ਕੋਲ ਛੱਡੀਆਂ।